ਸ਼੍ਰੋਮਣੀ ਕਾਲੀਦਾਦੀ ਦਾ ਰਾਜਧਾਨੀ ਵਜੋਂ ਸ਼ਹਿਰ ਜਾਣਿਆ ਜਾਂਦਾ ਸੀ ਉੱਥੇ ਕਿ ਹੁਣ ਉੱਥੇ ਲੋਕ ਨਾ ਪੰਥਕ ਰਹਿ ਗਏ ਨੇ ਨਾ ਸੇਵਾ ਭਾਵਨਾਵਾਲੇ ਰਹਿ ਗਏ ਨੇ ਉਲਟਾ ਉੱਥੇ ਠੱਗ ਲੁਟੇਰੇ ਸ਼੍ਰੋਮਣੀ ਕਾਲੀਦਾਦੀ ਜ਼ਿਲ੍ਹਾ ਸੰਗਰੂਰ ਦੀ ਬਾਗਲੋ ਰਹੀ ਉਹਨਾਂ ਨੇ ਇਸ ਕਿਸਮ ਦੇ ਲੋਕ ਮਾੜਾ ਅੰਸਰ ਜਿਹੜਾ ਸ਼੍ਰੋਮਣੀ ਕਾਲੀਦਾਸ ਚ ਅੱਗੇ ਲੈ ਜਾਂਦਾ ਉਹਨਾਂ ਨੇ ਇਸ ਕਿਸਮ ਦੇ ਕੰਮ ਕਰਕੇ ਜਿਸ ਦੇ ਨਾਲ ਕਾਲੀਦਾਸ ਦਾ ਚਿਹਰਾ ਮੋਰਾ ਜਿਹੜਾ ਉਹ ਬਦਨਾਮ ਹੋ ਗਿਆ ਕੱਲਾ ਸੰਗਰੂਰ ਨਹੀਂ ਆ ਪੰਜਾਬ ਦੇ ਬਾਕੀ ਸ਼ਹਿਰ ਵੀ ਆ ਗਏ ਜਿੱਥੇ ਕਈ ਗਲਤ ਲੋਕ ਸ਼ਾਮਲ ਹੋਏ ਨੇ ਪਾਰਟੀ ਦੇ ਵਿੱਚ ਸਾਡੀ ਅਪੀਲ ਤੇ ਪ੍ਰਧਾਨ ਤੱਕ ਚਲ ਗਈ ਸੁਭੀ ਸਿੰਘ ਬਾਦਲ ਕਿ ਕੌਣ ਕਿਹੜਾ ਟੱਬਰ ਹੈ ਕਿਹੜੇ ਲੋਕ ਕਿ ਸੁਭਾ ਨਾਮ ਲੈਣ ਤੋਂ ਕਿਉਂ ਗਰੀਜ਼ ਕਰ ਰਹੇ ਹੋ ਚਲੋ ਨਾਮ ਸਾਰਿਆਂ ਨੂੰ ਪਤਾ ਹੀ ਹੈ ਪ੍ਰਵਾਨਤੀ ਹੈ ਨਾਂ ਉਹਨੂੰ ਕਿਹੜਾ ਕੋਈ ਭੁਲੇਖਾ ਕਿਸੇ ਨੂੰ ਸਾਸਨ ਸਿੰਘ ਢੀਂਸਾ ਦੀ ਗੱਲ ਹੈ ਪਰ ਉਹਨਾਂ ਦਾ ਬੋਲਬਾਲਾ ਔਰ ਉਹਨਾਂ ਦੀ ਪਕੜ ਹੀ ਪਾਰਟੀ ਤੇ ਨਹੀਂ ਸੀ ਕਿ ਹਰ ਫੈਸਲਾ ਸਾਰਿਆਂ ਜ਼ਿਲ੍ਹੇ ਦੀਆਂ ਟਿਕਟਾਂ ਵੀ ਉਹਨਾਂ ਦੇ ਕਹੇ ਤੇ ਔਰ ਹਰ ਫੈਸਲਾ ਸਾਰੀਆਂ ਪੋਸਟਿੰਗ ਸਾਰੇ ਕਿਸਮ ਦੇ ਧੰਦੇ ਸੋ ਉਹ ਉਹਦੇ ਨਾਲ ਉਹ ਜਿਹੜਾ ਬੈਡ ਐਲੀਮੈਂਟ ਸੀ ਉਹ ਅੱਗੇ ਆ ਗਿਆ ਜਿਸ ਕਰਕੇ ਸਾਡਾ ਨੁਕਸਾਨ ਹੋਇਆ ਉਹ ਤੇ ਉਦੋਂ ਹੀ ਕਹਿੰਦੇ ਸੀ ਤੇ ਅੱਜ ਵੀ ਕਹਿੰਦੇ ਨੇ ਕਿ ਜੇ ਸੁਭੀਰ ਸਿੰਘ ਬਾਦਲ ਹਟ ਜਾਂ ਤਾਂ ਪਰਿਵਾਰ ਇਕੱਠਾ ਹੋ ਸਕਦਾ ਹੈ ਕਿ ਪ੍ਰਧਾਨਗੀ ਕਿਸੇ ਹੋਰ ਨੂੰ ਦੇ ਦੇਣੀ ਚਾਹੀਦੀ। ਤਾਂ ਉਦੋਂ ਕਹਿਣ ਲੱਗੇ ਨੇ ਨਾ ਜਦੋਂ ਸਰਕਾਰ ਚਲੀ ਗਈ 2018-19 'ਚ ਕਹਿਣ ਲੱਗੇ ਨੇ 10 ਸਾਲ ਤਾਂ ਨਹੀਂ ਕਿਹਾ ਕੁਝ 7 ਤੋਂ 17 ਤੱਕ ਤਾਂ ਆਨੰਦ ਲਿਆ ਨਾ ਜੀ ਆਪ ਰਾਜ ਸਭਾ ਵਿਟਾ ਮਿਨਿਸਟਰ ਇੱਕ ਸਾ ਪਰਿਵਾਰ ਪਰ ਲੋਕ ਚਰਚਾ ਕਰਦੇਗੇ ਕਿ ਇਹਨਾਂ ਤੇ ਕੋਈ ਦਾਗ ਨਹੀਂ ਲੱਗਾਗਾ ਜੀ ਬੜੇ ਇਮਾਨਦਾਰ ਨੇ ਜੀ ਇਹ ਕਿਸੇ ਨੂੰ ਭੁਲੇਖਾ ਨਹੀਂ ਹੈ ਵੀ ਅਸੀਂ ਜਦੋਂ ਅਸੀਂ ਸ਼ੁਰੂ ਕੀਤੀ ਰਾਜਨੀਤੀ ਤਾਂ ਅਸੀਂ ਕੀ ਸੀ ਤੇ ਅੱਜ ਕੀ ਹਾਂ ਉਹ ਸਾਰੇ ਪੰਜਾਬ ਵੀ ਜਾਣ ਦਾ ਸਾਰਾ ਸੰਸਾਰ ਜਾਣ ਦਾ ਜ਼ਿਲ੍ਹਾ ਵੀ ਜਾਣ ਦਾ ਬਹੁਤ ਸਾਰੇ ਸ਼ਰੂਮੀ ਕਾਲੀਦਲ ਦੇ ਲੀਡਰ ਨੇ ਕਈ ਨਾ ਗੱਲ ਹੁੰਦੀ ਕਈ ਕਾਲੀਦਲ ਦੇ ਨਾਲ ਕੋਈ ਸੁਬੀਰ ਸਿੰਘ ਬਾਦਲ ਦੇ ਨਾਲ ਤੁਸੀਂ ਕਿਸ ਦੇ ਨਾਲ ਕਿਸੇ ਵੇਲੇ ਸੰਗਰੂਰ ਸ਼੍ਰੋਮਣੀ ਕਾਲੀ ਦਲ ਦਾ ਇੱਕ ਸਿਆਸਤ ਦੀ ਰਾਜਧਾਨੀ ਵਜੋਂ ਇੱਕ ਸ਼ਹਿਰ ਮੰਨਿਆ ਜਾਂਦਾ ਸੀ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਵੱਡੇ ਲੀਡਰ ਪੈਦਾ ਹੋਏ ਚਾਹੇ ਉਹਨਾਂ ਚ ਸੰਤ ਹਰਜਨ ਸਿੰਘ ਲੋਂਗੋਵਾਲ ਸਰਜੀਤ ਸਿੰਘ ਬਰਨਾਲਾ ਸਿਮਰਤ ਸਿੰਘ ਮਾਨ ਬਲਵੰਤ ਸਿੰਘ ਰਾਮੂ ਵਾਲੀਆ ਸੁਦੇਸ਼ ਸਿੰਘ ਢੀਂਡਸਾ ਤੇ ਹਾਲ ਹੀ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਰਹੇ ਚੁੱਕੇ ਨੇ ਭਾਈ ਗੋਬਿੰਦ ਸਿੰਘ ਲੋਂਗੋਵਾਲ ਪਰ ਹੁਣ ਹਾਲਾਤ ਉੱਥੇ ਇਹ ਬਣ ਚੁੱਕੇ ਨੇ ਕਿ ਜਿੱਥੇ ਸ਼੍ਰੋਮਣੀ ਕਾਲੀ ਦਾ ਰਾਜਧਾਨੀ ਵਜੋਂ ਸ਼ਹਿਰ ਜਾਣਿਆ ਜਾਂਦਾ ਸੀ ਉੱਥੇ ਕਿ ਹੁਣ ਉੱਥੇ ਲੋਕ ਨਾ ਪੰਥਕ ਰਹਿ ਗਏ ਨੇ ਨਾ ਸੇਵਾ ਭਾਵਨਾ ਵਾਲੇ ਰਹਿ ਗਏ ਨੇ ਉਲਟਾ ਉੱਥੇ ਠੱਗ ਲੁਟੇਰੇ ਇਹ ਮਸਲਾ ਉੱਥੇ ਗੰਭੀਰ ਆ ਕਿ ਸ਼੍ਰੋਮਣੀ ਕਾਲੀ ਦਾ ਇੱਕ ਲੋਕਾਂ ਦੀ ਪਾਰਟੀ ਮੰਨੀ ਜਾਂਦੀ ਆ ਬਲਦਾਨ ਦੀ ਪਾਰਟੀ ਮੰਨੀ ਜਾਂਦੀ ਆ ਸ਼ਹੀਦਾਂ ਦੀ ਪਾਰਟੀ ਮੰਨੀ ਜਾਂਦੀ ਆ ਅਕਾਲ ਪੁਰਖ ਦੀ ਸੋਚ ਨਾਲ ਤਾਲੁਕ ਰੱਖਣ ਵਾਲੀ ਪਾਰਟੀ ਮੰਨੀ ਜਾਂਦੀ ਆ ਹਾਲਾਤ ਕਿਉਂ ਬਦਲੇ ਤੇ ਇਸ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਇਕਬਾਲ ਸਿੰਘ ਝੁੰਦਾ ਸਾਹਿਬ ਝੁੰਦਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸასი ਘਰ ਸਰ ਜਿਹੜਾ ਤੁਹਾਡਾ ਤੌਖਲਾ ਵਾਕਏ ਹਰ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਦਾ ਹੈਗਾ ਕਿ ਸ਼੍ਰੋਮਣੀ ਕਾਲੀ ਦਲ ਉਹ ਪਾਰਟੀ ਜਿਨੇ ਦੇਸ਼ ਦੀ ਆਜ਼ਾਦੀ ਵਾਸਤੇ ਵੀ ਬਹੁਤ ਬਲਦਾਨ ਦਿੱਤੇ ਬਹੁਤ ਸਾਰੇ ਸੰਘਰਸ਼ ਲੜੇ ਪੰਜਾਬ ਦੀ ਖਾਤਰ ਤੇ ਕਿਸੇ ਸ਼ਹਿਰ ਦੇ ਵਿੱਚ ਜਿਹੜਾ ਉਦਾਹਰਣ ਦਿੱਤੀ ਸੰਗਰੂਰ ਹੈ ਕਿothe ਲੋਕ ਆ ਕੇ ਜਦੋਂ ਦੇ ਦੇ ਨਾਲ ਕਾਲੀ ਦਲ ਦਾ ਬਹੁਤ ਨੁਕਸਾਨ ਹੈ ਐਡਾ ਵੱਡਾ ਤੌਖਲਾ ਬੜੀ ਦੇਰ ਬਾਅਦ ਉਠਾਇਆ ਮਤ ਮਸਲਾ ਜੀ ਦੇਖੋ ਗੱਲ ਹੈ ਜੋ ਜਿਹੜੀ ਉੱਥੇ ਆ ਸੰਤਰਚਨ ਸਿੰਘ ਲੰਗੋੜਾ ਸਾਹ ਦੀ ਵਰਸੀ ਤੇ ਸਾਡੀ ਸਪੀਚ ਸੀ ਜੀ ਜੀ ਤੁਸੀਂ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਹੋ ਜੀ ਜੀ ਉਹ ਸਾਡੀ ਜ਼ਿਲ੍ਹਾ ਸੰਗਰੂਰ ਦੀ ਸਥਿਤੀ ਦਾ ਮੈਂ ਜਿਹੜਾ ਹੈ ਉਹ ਵਰਣਨ ਕੀਤਾ ਸੀ ਜੀ 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 ਕਿ ਜ਼ਿਲ੍ਹਾ ਸੰਗਰੂਰ ਕਿਸੇ ਟਾਈਮ ਸ਼੍ਰੋਮਣੀ ਕਾਲ ਦਲ ਦੀ ਰਾਜਧਾਨੀ ਰਿਹਾ ਜੀ ਜ਼ਿਲ੍ਹਾ ਸੰਗਰੂਰ ਗੜ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਕੀ ਕਾਰਨ ਹੈ ਕਿ ਅਸੀਂ ਇੰਨੇ ਪਛੜ ਗਏ ਉਹਦੇ ਕਾਰਨਾਂ ਲੱਭਣ ਦੀ ਲੋੜ ਹੈ ਔਰ ਉਹ ਜਿਨ੍ਹਾਂ ਹੱਥਾਂ 'ਚ ਸਾਡੀਆਂ ਸਰਕਾਰਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਜਿਲਾ ਸੰਗਰੂਰ ਦੀ ਵਾਗਡੋਰ ਰਹੀ ਉਹਨਾਂ ਨੇ ਇਸ ਕਿਸਮ ਦੇ ਲੋਕ ਮਾੜਾ ਆਨਸਰ ਆ ਜਿਹੜਾ ਅਕਸ਼ ਸ਼੍ਰੋਮਣੀ ਅਕਾਲੀ ਦਲ 'ਚ ਅੱਗੇ ਲੈ ਜਾਂਦਾ ਉਹਨਾਂ ਨੇ ਇਸ ਕਿਸਮ ਦੇ ਕੰਮ ਕੀਤੇ ਜਿਸ ਦੇ ਨਾਲ ਅਕਾਲੀ ਦਲ ਦਾ ਚਿਹਰਾ ਮੋਰਾ ਜਿਹੜਾ ਉਹ ਬਦਨਾਮ ਹੋ ਗਿਆ ਔਰ ਚੰਗੇ ਜਿਹੜੇ ਲੋਕ ਸੀ ਉਹ ਅਕਾਲੀ ਦਲ ਤੋਂ ਪਿੱਛੇ ਹਟਣ ਲੱਗੇ ਮੇਰੀ ਇਹ ਭਾਵਨਾ ਸੀ ਔਰ ਜੇ ਉਹਨੂੰ ਤੁਸੀਂ ਕੰਪਲੀਟ ਸੁਣੋ ਤਾਂ ਉਹਦਾ ਸਾਰਾ ਅਰਥ ਨੇ ਜਿਹੜੇ ਉਹ ਸਮਝ ਆਉਂਦੇ ਨੇ ਸੋ ਅੱਗੇ ਪਿੱਛੋਂ ਕਈ ਵਾਰੀ ਅੱਗੇ ਪਿੱਛੋਂ ਘਟ ਵੱਟ ਕੇ ਗੱਲ ਨੂੰ ਪੇਸ਼ ਕਰ ਦਿੱਤਾ ਜਾਂਦਾ ਸੋ ਮੇਰੀ ਉਹ ਜਿਹੜੀ ਕਹਿਣ ਦੀ ਭਾਵਨਾ ਸੀ ਉਹ ਚਿੰਤਾ ਸੰਗਰੂਰ ਜ਼ਿਲ੍ਹੇ ਦੀ ਅਕਾਲੀ ਰਾਜਨੀਤੀ ਤੇ ਹੀ ਕੇਂਦਰਿਤ ਸੀ ਮੈਂ ਉਹਦੇ ਬਾਰੇ ਹੀ ਗੱਲ ਕੀਤੀ ਸੀ ਕਿ ਇਹ ਨਾ ਸਿਰਫ ਸੰਗਰੂਰ ਵਾਲਾ ਮਸਲਾ ਤੌਂਖਲਾ ਵਕਤ ਕਿਤੇ ਲਿਕਨੇ ਲੋਕ ਮਹਿਸੂਸ ਕਰਦੇ ਕਿ ਕੱਲਾ ਸੰਗਰੂਰ ਨਹੀਂ ਆ ਪੰਜਾਬ ਦੇ ਬਾਕੀ ਸ਼ਹਿਰ ਵੀ ਆ ਗਏ ਜਿੱਥੇ ਕਈ ਗਲਤ ਲੋਕ ਸ਼ਾਮਲ ਹੋਏ ਨੇ ਪਾਰਟੀ ਦੇ ਵਿੱਚ ਮਤਲਬ ਇਹ ਤੁਹਾਡੀ ਅਪੀਲ ਤੇ ਪ੍ਰਧਾਨ ਤੱਕ ਚਲ ਗਈ ਸੁਭੀਤ ਸਿੰਘ ਬਾਦਲ ਜਲਦੀ ਇਹਨਾਂ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਉਂਦਾ ਹੈਗਾ ਕਿ ਜਾਂ ਇਹ ਸਾਰਾ ਮਸਲਾ ਸੁਕੇਂਦਰ ਸਿੰਘ ਮਲੂਕਾ ਸਾਹਿਬ ਦੇਖਣਗੇ ਨਹੀਂ ਉਹ ਤਾਂ ਦੇਖੋ ਪਾਰਟੀ ਦਾ ਫੈਸਲਾ ਮੈਂ ਤਾਂ ਜੋ ਸਾਡੇ ਸੰਗਰੂਰ ਜ਼ਿਲ੍ਹੇ ਦੀਆਂ ਗਰਾਊਂਡ ਰਿਐਲਿਟੀਆਂ ਨੇ ਜੋ ਸਾਡੀ ਹੱਡ-ਬੀਤੀ ਕਹਾਣੀ ਹੈ ਜੋ ਅਸੀਂ ਹੰਢਾਈ ਹੈ ਸਰਕਾਰ ਦੇ ਸਮੇਂ 10 ਸਾਲ ਉਹਦਾ ਜਿਹੜਾ ਵਰਕਰਾਂ ਦਾ ਦੁੱਖ-ਦਰਦ ਸੀ ਉਹ ਪ੍ਰਗਟ ਕੀਤਾ ਸੋ ਪੰਜਾਬ 'ਚ ਜੋ ਫੈਸਲਾ ਪਾਰਟੀ ਪ੍ਰਧਾਨ ਸਾਹਿਬ ਨੇ ਕਰਨਾ ਜੋ ਉਹਨਾਂ ਨੇ ਡਿਸੀਜਨਸ ਕਰਨੇ ਨੇ ਵੈਸੇ ਜੋ ਅਸੀਂ ਰਿਪੋਰਟ ਬਣਾਈ ਹੈ ਜੋ ਸਾਡੀ ਕਮੇਟੀ ਬਣੀ ਸੀ ਉਹਦੇ ਤਹਿਤ ਬੜੇ ਖੁੱਲੇ ਮਨ ਨਾਲ ਕੋਰ ਕਮੇਟੀ ਨੇ ਉਹਨਾਂ ਨੂੰ ਐਕਸੈਪਟ ਕੀਤਾ ਔਰ ਸਾਨੂੰ ਆਸ ਹੈ ਕਿ ਉਹ ਜਲਦੀ ਲਾਗੂ ਵੀ ਹੋਣ ਜਾ ਰਹੀ ਹੈ ਉਹਦੇ ਨਾਲ ਬਹੁਤ ਵੱਡੀਆਂ ਤਬਦੀਲੀਆਂ ਬੜੇ-ਬੜੇ ਸੁਧਾਰ ਨੇ ਜਿਹੜੇ ਤੁਹਾਨੂੰ ਅਕਾਲੀ ਦਲ ਵਜh ਦੇਖਣ ਨੂੰ ਮਿਲਣਗੇ ਇਹ ਵਿਸ਼ੇਸ਼ ਕਿਸੇ ਪਰਿਵਾਰ ਵੱਲ ਇਸ਼ਾਰਾ ਤੁਹਾਡਾ ਜੀ 10 ਸਾਲ ਦੀ ਸਰਕਾਰ ਤੁਹਾਡੀ ਸਰਕਾਰ ਔਰ ਉਸ ਸਰਕਾਰ ਦੇ ਵਿੱਚ ਬਹੁਤ ਵੱਡੇ ਉਸ ਸ਼ਹਿਰ ਤੋਂ ਲੋਕ ਕੌਣ ਕਿਹੜਾ ਟੱਬਰ ਕਿਹੜੇ ਲੋਕ ਨੇ ਸੰਗਰੂਰ ਦੇਖੋ ਸੰਗਰੂਰ ਜ਼ਿਲ੍ਹਾ ਤੇ ਬਰਨਾਲਾ ਜ਼ਿਲ੍ਹਾ ਉੱਥੇ ਮੁੱਖ ਮੰਤਰੀ ਸਾਹਿਬ ਦਾ ਡਿਪਟੀ ਮੁੱਖ ਮੰਤਰੀ ਸਾਹਿਬ ਦਾ ਜਾਂ ਪਾਰਟੀ ਪ੍ਰਧਾਨ ਸਾਹਿਬ ਦਾ ਕੋਈ ਦਖਲ ਨਹੀਂ ਸੀ ਹੋਰ ਕਿਹੜਾ ਟੱਬਰ ਮੇਰੇ ਕਹਿੰਦੇ ਸਿਰਫ ਇੱਕ ਪਰਿਵਾਰ ਉਹਨੂੰ ਚਲਾ ਰਿਹਾ ਸੀ ਔਰ ਉਹ ਪਰਿਵਾਰ ਦੀ ਹੀ ਮੋਨੋਪੋਲੀ ਸੀ ਉਸ ਪਰਿਵਾਰ ਨੇ ਜਿਹੜੇ ਫੈਸਲੇ ਕੀਤੇ ਉਹ ਨਾ ਫੈਸਲਿਆਂ ਦੀ ਮੈਂ ਗੱਲ ਕੀਤੀ ਸਾਰਾ ਸ਼ਹਿਰ ਜ਼ਿਲ੍ਹਾ ਜਾਣਦਾ ਸਾਰੇ ਜਾਣਦੇ ਨੇ ਕਿਹੜੇ ਪਰਿਵਾਰ ਚ ਕੋਲੇ ਹੱਥ ਉਹ ਰਹਿਨਮਾਈ ਜ਼ਿਲ੍ਹੇ ਦੀ ਸੀ ਤੁਸੀਂ ਸਭ ਨਾਮ ਲੈਣ ਤੋਂ ਕਿਉਂ ਗਰੀਜ਼ ਕਰ ਰਹੇ ਹੋ ਚਲੋ ਨਾਮ ਹੁਣ ਸਾਰਿਆਂ ਨੂੰ ਪਤਾ ਹੀ ਹੈ ਪ੍ਰਮਾਣਿਤ ਹੀ ਹੈ ਨਾ ਉਹਨੂੰ ਕਿਹੜਾ ਕੋਈ ਭੁਲੇਖਾ ਕਿਸੇ ਨੂੰ ਸਾਸਦ ਦੇਵ ਸਿੰਘ ਢੀਂਸਾ ਦੀ ਗੱਲ ਹੈ ਜੀ ਜੀ ਹਾਂ ਪਰ ਉਹਦੇ ਜੇ ਹਾਰਦੇ ਸੀ ਤੇ ਰਾ ਸਭਾ ਮੈਂਬਰ ਬਣ ਜਾਂਦੇ ਸੀ ਜੀ ਜੇ ਇਸ ਜਗ੍ਹਾ ਤੋਂ ਹਾਰਦੇ ਦੂਜੀ ਜਗ੍ਹਾ ਤੋਂ ਪਰਮਿੰਦਰ ਸਿੰਘ ਢੀਂਸਾ ਹਣੇ ਚੋਣ ਲੜ ਜਾਂਦੇ ਉਹ ਤੇ ਪਾਰਟੀ ਨੇ ਕਰਦੇ ਰਹਿਣਾ ਉਹਦੇ ਇੱਥੇ ਤੇ ਮੈਨੂੰ ਲੱਗਦਾ ਸਾਰਿਆਂ ਦਾ ਰਲ ਮਿਲ ਕੇ ਫੈਸਲਾ ਹੋਊਗਾ ਕਿ ਜਾਂ ਧੱਕਾ ਕੀਤਾ ਜਾਂਦਾ ਢੀਂਸਾ ਪਰਿਵਾਰ ਵੱਲੋਂ ਜਾਂ ਸ਼ਰੂਪ ਨਕਾਲੀ ਦਲ ਦੀ ਮਜਬੂਰੀ ਸੀ ਚਲੋ ਐ ਹੁੰਦਾ ਹੈ ਇਲੀਗਲਸ਼ਿਪ ਦੇ ਫੈਸਲੇ ਨੇ ਮੈਂ ਉਹਦੇ ਤੇ ਨਹੀਂ ਕੋਈ ਗੱਲ ਕਰਦਾ ਪਰ ਉਹਨਾਂ ਦਾ ਬੋਲਬਾਲਾ ਔਰ ਉਹਨਾਂ ਦੀ ਪਕੜ ਹੀ ਪਾਰਟੀ ਤੇ ਨਹੀਂ ਸੀ ਕਿ ਹਰ ਫੈਸਲਾ ਵੀ ਉਹਨਾਂ ਦੇ ਕਹੇ ਤੇ ਔਰ ਹਰ ਫੈਸਲਾ ਸਾਰੀਆਂ ਪੋਸਟਿੰਗ ਸਾਰੇ ਕਿਸਮ ਕਿਸਮ ਦੇ ਧੰਦੇ ਸੋ ਉਹ ਉਹਦੇ ਨਾਲ ਉਹ ਜਿਹੜਾ ਬੈਡ ਐਲੀਮੈਂਟ ਸੀ ਉਹ ਆ ਗਿਆ ਗਿਆ ਜਿਸ ਕਰਕੇ ਸਾਡਾ ਨੁਕਸਾਨ ਹੋਇਆ ਸੋ ਉਹ ਉਹਨਾਂ ਨੂੰ ਜੋ ਕੁਝ ਮਿਲਦਾ ਵੀ ਰਿਹਾ ਸਭ ਕੁਝ ਪਾਰਟੀ ਤੋਂ ਹਾਸਲ ਵੀ ਕਰਦੇ ਰਹੇ ਔਰ ਪਾਰਟੀ ਦਾ ਵਿਰੋਧ ਵੀ ਕਰਦੇ ਰਹੇ ਉਮੀਦਵਾਰਾਂ ਦਾ ਵੀ ਵਿਰੋਧ ਕਰਦੇ ਇਸ ਤਰ੍ਹਾਂ ਦਾ ਵਰਤਾਰਾ ਉੱਥੇ ਹੁੰਦਾ ਰਿਹਾ ਜਿਸ ਕਰਕੇ ਅਕਾਲੀ ਦਲ ਕਮਜ਼ੋਰ ਹੈ ਮੇਰਾ ਇਹ ਪਾਪ ਸੀ ਕਹਿੰਦਾ ਬੈਡ ਲੋਕ ਅੱਗੇ ਆ ਗਏ ਕਿ ਜਾਂ ਅੱਗੇ ਲਿਆਂਦੇਗੇ ਢੀਂਡਸਾ ਪਰਿਵਾਰ ਵੱਲੋਂ ਉਹ ਇੱਕੋ ਹੀ ਗੱਲ ਹੈ ਜੀ ਜਿਹਦੇ ਕੋਲੇ ਰਵਾਇਤ ਹੁੰਦੀ ਉਹਨੇ ਅੱਗੇ ਲਿਆਉਣੇ ਹੁੰਦੇ ਨੇ ਉਹਨੇ ਸੋਚਣਾ ਹੁੰਦਾ ਮੈਂ ਕਿਸ ਕਿਸਮ ਦੇ ਲੋਕਾਂ ਨੂੰ ਚੂਜ਼ ਕਰਨਾ ਮੈਨੂੰ ਕਿਹੜੇ ਬੰਦੇ ਅੱਗੇ ਲਿਆਉਣੇ ਚਾਹੀਦੇ ਆ ਜਿਹੜੇ ਪਾਰਟੀ ਦੀ ਦੇਖ ਨੂੰ ਮਜ਼ਬੂਤ ਕਰਨ ਸਮਾਜ ਵਿੱਚ ਸਾਡੀ ਲੀਡਰਸ਼ਿਪ ਦੀ ਵੀ ਸ਼ਬੀ ਸਮਰੇ ਤੇ ਪਾਰਟੀ ਦੀ ਇਮੇਜ ਵੀ ਸਮਰੇ ਲੋਕਾਂ ਨੂੰ ਵਰਕਰਾਂ ਨੂੰ ਵੀ ਮਾਣ ਮਹਿਸੂਸ ਹੋਵੇ ਉਹ ਲੀਡਰ ਨੇ ਫੈਸਲਾ ਕਰਨਾ ਹੁੰਦਾ ਸੋ ਜਿਹਨਾਂ ਹੱਥਾਂ 'ਚ ਉਹ ਕਮਾਂਡ ਸੀ ਉਹਨਾਂ ਨੇ ਉਹ ਫੈਸਲੇ ਸਹੀ ਨਹੀਂ ਕਰ ਰਹੇ ਜੀ ਸਰਕਾਰ ਅਕਾਲੀ ਦਲ ਦਾ ਕੈਡਰ ਵਰਕਰ ਹੈ ਜਿਹੜਾ ਉਹ ਨਰਾਜ ਹੋ ਸੁਦੇਸ਼ ਢੀਡਸਾ ਸਾਹਿਬ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਜੁਕਤ ਬਣਾਇਆ ਫਿਰ ਉਹ ਡੈਮੋਕਰੈਟਿਕ ਬਣਾਇਆਗਾ ਉਹ ਤੇ ਉਦੋਂ ਵੀ ਕਹਿੰਦੇ ਸੀ ਤੇ ਅੱਜ ਵੀ ਕਹਿੰਦੇ ਨੇ ਕਿ ਜੇ ਸੁਭੀ ਸਿੰਘ ਬਾਦਲ ਹਟ ਜਾਂ ਤਾਂ ਪਰਿਵਾਰ ਇਕੱਠਾ ਹੋ ਸਕਦਾ ਹੈ ਪ੍ਰਧਾਨਗੀ ਕਿਸੇ ਹੋਰ ਨੂੰ ਦੇ ਦੇਣੀ ਚਾਹੀਦੀ ਉਹ ਤਾਂ ਉਦੋਂ ਕਹਿਣ ਲੱਗੇ ਨੇ ਨਾ ਜਦੋਂ ਸਰਕਾਰ ਚਲੀ ਗਈ 2018-19 'ਚ ਕਹਿਣ ਲੱਗੇ ਨੇ 10 ਸਾਲ ਤਾਂ ਨਹੀਂ ਕਿਹਾ ਕੁਝ 7 ਤੋਂ 17 ਤੱਕ ਤਾਂ ਆਨੰਦ ਲਿਆ ਹੈ ਨਾ ਜੀ ਆਪਰਾਜ ਸਾਹਿਬ ਬੇਟਾ ਮਨਿਸਟਰ ਸਾਰੇ ਉਹਦੇ ਮਾਣੇ ਸਾਰਾ ਕੁਝ ਆਨੰਦ ਲਿਆ ਸਾਰੀ ਜਿਹੜੀ ਮੈਂ ਤੁਹਾਡੇ ਨਾਲ ਬਰਤਾਰਾ ਦੱਸ ਕੇ ਹਟਿਆ ਜੋ ਨੁਕਸਾਨ ਹੋਇਆ ਸਾਰਾ ਧੰਦੇ ਕੀਤੇ ਉਹ ਸਾਰੀਆਂ ਚੀਜ਼ਾਂ ਦਾ ਨੁਕਸਾਨ ਹੋਇਆ ਅਕਾਲੀ ਦਲ ਦਾ ਸੋ ਅੱਜ ਹੁਣ ਸਰਕਾਰ ਗਈ ਤੋਂ ਬਾਅਦ ਤਾਂ ਆਪਾਂ ਕੁਝ ਕਹੀ ਜੋ ਸੋ ਭਾਲ ਸਾਹਿਬ ਨੇ ਉਹਨਾਂ ਤੇ ਪੂਰਾ ਭਰੋਸਾ ਵੀ ਕੀਤਾ ਮੇਰ ਪਰਿਆ ਹੱਥ ਰੱਖਿਆ ਉਹਨਾਂ ਤੇ ਪੂਰਾ ਹਰ ਪੱਖ ਤੋਂ ਉਹਨਾਂ ਦੀ ਗੱਲ ਸੁਣੀ ਜਾਂਦੀ ਸੁਰਕੀ ਦੀ ਸੁਣੀ ਨਹੀਂ ਜਾਂਦੀ ਸੋ ਪੰਜਾਬ ਚ ਤੇ ਢਿੰਡਸਾ ਪਰਿਵਾਰ ਬੈ ਲੋਕ ਚਰਚਾ ਕਰਦੇਗੇ ਕਿ ਇਹਨਾਂ ਤੇ ਕੋਈ ਦਾਗ ਨਹੀਂ ਲੱਗਾ ਗਿਆ ਜੀ ਬੜੇ ਇਮਾਨਦਾਰ ਨੇ ਜੀ ਚਲੋ ਇਹ ਤਾਂ ਸੰਸਾਰ ਜਾਣਦਾ ਕੌਣ ਕੀ ਸੀ ਕਿ ਨੇ ਰਾਜਨੀਤਿਕ ਜੀਵਨ ਕਿਸੇ ਹੱਸੀ ਸ਼ੁਰੂ ਕੀਤਾ ਤੇ ਰਾਜੋ ਕੀ ਹੈ ਉਹ ਸਾਰੀ ਦੁਨੀਆ ਜਾਣਦੀ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੋ ਇਸ ਕਰਕੇ ਇਹ ਇਹ ਕਿਸੇ ਨੂੰ ਭੁਲੇਖਾ ਨਹੀਂ ਹੈ ਵੀ ਅਸੀਂ ਜਦੋਂ ਅਸੀਂ ਸ਼ੁਰੂ ਕੀਤੀ ਰਾਜਨੀਤੀ ਤਾਂ ਅਸੀਂ ਕੀ ਸੀ ਤੇ ਅੱਜ ਕੀ ਹਾਂ ਉਹ ਸਾਰੇ ਪੰਜਾਬ ਵੀ ਜਾਣਦਾ ਸਾਰਾ ਸੰਸਾਰ ਜਾਣਦਾ ਜਿਲ੍ਹਾ ਵੀ ਜਾਣ ਚਲੋ ਸਭ ਜਿਹੜੇ ਤੁਸੀਂ ਤੁਹਾਡੀ ਅਗਵਾਈ ਚ ਪਾਰਟੀ ਨੇ ਬਣਾਈ ਸੀ ਕਮੇਟੀ ਬਣਾਈ ਸੀ ਤੁਸੀਂ ਪੰਜਾਬ ਘੁੰਮਿਆ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਜਿਹੜੇ ਸੰਗਰੂਰ ਦੇ ਵਿੱਚ ਤੁਹਾਨੂੰ ਦਿਖਿਆ ਤੁਹਾਡਾ ਕਿਉਂਕਿ ਆਪਣਾ ਜਿਲ੍ਹਾ ਬਾਕੀ ਸਟੇਟ ਦੇ ਵਿੱਚ ਵੀ ਇਦਾਂ ਦੇ ਹਾਲਾਤ ਹੈਗੇ ਨੇ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਬਹੁਤ ਵੱਡੇ ਬਦਲਾਅ ਹੋਣ ਵਾਲੇ ਨੇ ਕੀ ਕਮੀ ਪੇਸ਼ੀ ਕੀ ਦਿਖਾਈਆਂ ਦਿੱਤੇ ਕਿ ਜਾਂ ਵਰਕਰਾਂ ਦਾ ਉਦਾਂ ਹੀ ਮਨੋਬਲ ਡਿੱਗ ਪਿਆ ਕਿ 10 ਸਾਲ ਹੋ ਗਏ ਨੇ ਸੱਤਾ ਤੋਂ ਬਾਹਰ ਚਲੇ ਗਏ ਜੀ ਨਹੀਂ ਚਲੋ ਕਿਤੇ ਇਹ ਵੀ ਹੋ ਜਾਂਦੀ ਹੈ ਗੱਲ ਸੱਤਾ 'ਚ ਰਹਿਣ ਨਾਲ ਵੀ ਕਿਤੇ ਹੋ ਜਾਂਦਾ ਹੈ ਤਾਂ ਥੋੜਾ ਬਹੁਤ ਕਿਤੇ ਨਾ ਕਿਤੇ ਸੱਤੋਂ ਕਮੀਆਂ ਵੀ ਰਹੀਆਂ ਕੋਈ ਉਹ ਮੜੀ-ਮੁੜੀਆਂ ਗਲਤੀਆਂ ਵੀ ਹੋਈਆਂ ਕਈ ਚੀਜ਼ਾਂ ਸਾਡੇ ਤੇ ਮੜ ਵੀ ਦਿੱਤੀਆਂ ਗਈਆਂ ਸੋ ਸਾਰਾ ਵਰਤਾਰਾ ਵਾਪਰਿਆ ਜਿਸ ਕਰਕੇ ਅਸੀਂ ਸਾਨੂੰ ਹਾਰ ਦਾ ਸਾਹਮਣਾ ਕਰਨਿਆ ਅਸੀਂ ਉਹਦੀ ਪੂਰੀ ਕੋਹ ਕਰ ਰਹੇ ਆ ਕੀਤੀ ਵੀ ਆ ਪਰ ਉਹ ਤੇ ਅਮਲ ਵੀ ਹੋਊਗਾ ਔਰ ਤੁਸੀਂ ਦੇਖੋਗੇ ਕਿ ਪਾਰਟੀ ਲੀਡਰਸ਼ਿਪ ਉਹਦੇ ਵਿੱਚ ਆਉਣ ਵਾਲੇ ਸਮੇਂ ਚ ਉਹਨਾਂ ਲਈ ਹਾਂ ਤੇ ਚੱਲਦੇ ਹੋਏ ਵੱਡੇ ਸੁਧਾਰ ਨੇ ਜਿਹੜੇ ਪਾਰਟੀ ਚ ਦੇਖਣ ਨੂੰ ਮਿਲਣਗੇ ਔਰ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਦੇਖਣ ਨੂੰ ਮਿਲਣਗੇ ਕਿਹੜੇ ਦੋਸ਼ ਕਿਹੜੀਆਂ ਗਲਤੀਆਂ ਸ਼ਰਮ ਨਿਕਾਲੀ ਦਲ ਤੇ ਲੋਕਾਂ ਨੇ ਮਰਤੀਆਂ ਜਾਂ ਵਿਰੋਧੀਆਂ ਦਾ ਵਿੱਚ ਸ਼ਰਾਰਤ ਰਹੀ ਜੀ ਚਲੋ ਇਹ ਤਾਂ ਦੇਖੋ ਜਿਸ ਤਰ੍ਹਾਂ ਕਈ ਕਿਸਮ ਦੀਆਂ ਚੀਜ਼ਾਂ ਨੇ ਜਿਵੇਂ ਆਪਾਂ ਦੇਖਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ ਉਹਨਾਂ ਚੀਜ਼ਾਂ ਤੇ ਕਈ ਵਾਰ ਸਾਡਾ ਸਾਨੂੰ ਇੰਨਾ ਬਦਨਾਮ ਕਰ ਦਿੱਤਾ ਗਿਆ ਅਕਾਲੀ ਦਲ ਨੂੰ ਉਹ ਉਹ ਚੀਜ਼ ਦਾ ਸਾਨੂੰ ਖਮਿਆਸਾ ਭੁਗਤਣਾ ਪਿਆ ਜਦ ਕਿ ਸਾਨੂੰ ਸਮਾਂ ਨਹੀਂ ਮਿਲਿਆ ਉਦੋਂ ਥੋੜੀ ਦੇਰ ਜੀ ਉਹ ਜਿਹੜੀ ਜਾਂਚ ਆ ਸੀਬੀਆਈ ਦੇ ਹਵਾਲੇ ਕਰਨੀ ਪੈਗੀ ਔਰ ਉਹ ਉਹਦੇ ਕਰਕੇ ਅਕਾਲੀ ਦਲ ਉਹ ਸਾਰੀਆਂ ਸਿੱਖ ਭਾਵਨਾਵਾਂ ਅਨੁਸਾਰ ਸਾਰੀਆਂ ਜਥੇਬੰਦੀਆਂ ਦੀ ਮੰਗ ਸੀ ਕਿ ਸੀਬੀਆਈ ਨੂੰ ਜਾਂਚ ਦੇ ਦਿੱਤੀ ਜਾਵੇ ਉਹ ਜਾਂ ਸੀਬੀਆਈ ਕੋਲੇ ਚਲੀ ਗਈ ਉਹ ਨਹੀਂ ਪ੍ਰੋਪਰ ਉਹ ਉਹਦਾ ਰਿਜ਼ਲਟ ਮਿਲ ਸਕੇ ਤਾਂ ਲੋਕਾਂ 'ਚ ਨਰਾਜ਼ਤਾ ਆਈ ਔਰ ਦੋਸ਼ ਉਹਦਾ ਸਾਰਾ ਸਾਨੂੰ ਭੁਗਤਣਾ ਪਿਆ ਸੋ ਇਸ ਕਿਸਮ ਦੀਆਂ ਕਈ ਤੋਂ ਤੇ ਚੀਜ਼ਾਂ ਗਲਤਫਹਿਮੀਆਂ ਚ ਜਾਂ ਸਾਡੇ ਮਰਦਤੀਆਂ ਗੀਆਂ ਸਾਡੇ ਤੇ ਜਿੱਦਾ ਸਾਨੂੰ ਨੁਕਸਾਨ ਚ ਲੈਣਾ ਪਿਆ ਕਿਵੇਂ ਹੋ ਸਕਦਾ ਕਿ ਅਕਾਲੀ ਦਲ ਜਿਹੜੀ ਗੁਰਤਾਮਾ ਦੀ ਔਰ ਸਿੱਖ ਕੌਮ ਦੀ ਰਾਖੀ ਲਈ ਬਣਾਈ ਹੋਈ ਪਾਰਟੀ ਆ ਉਹ ਇਸ ਕਿਸਮ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜਾਂ ਉਹਨੂੰ ਸਹੀ ਤਰੀਕੇ ਨਾਲ ਉਹਦੇ ਹੱਲ ਕਰਨ ਬਾਰੇ ਨਹੀਂ ਵੀ ਨਹੀਂ ਸੋਚੂਗੀ ਸੋਚਿਆ ਨਹੀਂ ਜਾ ਸਕਦਾ ਵੀ ਨਹੀਂ ਕਰੋਗੀ ਪਰੰਤੂ ਕਿਤੇ ਨਾ ਕਿਤੇ ਪਰਸੈਪਸ਼ਨ ਬਣ ਗਈ ਭਾਵਨਾ ਬਣ ਗਈ ਲੋਕਾਂ ਦੀ ਉਸ ਚੀਜ਼ਾਂ ਦਾ ਸਾਨੂੰ ਨੁਕਸਾਨ ਆ ਜਿਹੜਾ ਚੱਲਣਾ ਪਿਆ ਜਿਹੜੀਆਂ ਗਲਤੀਆਂ ਹੋਈਆਂ ਆਣੇ ਜਾਂ ਅਣਜਾਣੇ ਦੇ ਵਿੱਚ ਮਾਫੀ ਮੰਗਣ ਨੂੰ ਤਿਆਰ ਅਕਾਲੀ ਦਲ ਜੀ ਇਹ ਲੀਡਰਸ਼ਿਪ ਦਾ ਫੈਸਲਾ ਦੇਖੋ ਜੋ ਰეკਮੈਂਡ ਕੀਤਾ ਹੋਊਗਾ ਜੋ ਅਸੀਂ ਸਾਰੀ ਆਪਦੀ ਰਿਪੋਰਟ ਆ ਜਿਹੜੀ ਜੋ ਚਾਹੇਓ ਕਿਸੇ ਵੀ ਰੂਪ ਚਾਹੇਓ ਧਾਰਮਿਕ ਮਸਲੇ ਨੇ ਸਿਆਸੀ ਨੇ ਸਮਾਜਿਕ ਨੇ ਰਾਜਨੀਤਿਕ ਨੇ ਹਰ ਚੀਜ਼ ਦੀ ਰਿਪੋਰਟ ਆ ਜਿਹੜੀ ਵਿਸਤਾਰਪੂਰਵਕ ਅਸੀਂ ਪਾਰਟੀ ਜੀ ਨੂੰ ਦੇ ਦਿੱਤੀ ਆ ਉਹ ਸਾਰੇ ਉਹਦੇ ਤੇ ਗੰਭੀਰਤਾ ਨਾਲ ਉਹ ਡਿਸਾਈਡ ਕਰ ਰਹੇ ਆ ਔਰ ਸਾਨੂੰ ਉਮੀਦ ਹੈ ਵੀ ਉਹ ਪੂਰਨ ਰੂਪ ਵਿੱਚ ਉਹਤੇ ਫੈਸਲੇ ਕਰਕੇ ਸਾਡੇ ਧਾਰਮਿਕ ਮਸਲੇ ਨੇ ਸਿਆਸੀ ਨੇ ਜਾਂ ਸਾਡੇ ਸਮਾਜਿਕ ਨੇ ਸਾਰਿਆਂ ਨੂੰ ਕੇਂਦਰ ਤੋਂ ਕੇ ਸਾਰਿਆਂ ਨੂੰ ਹੱਲ ਕਰ ਦੇ। ਇੱਕ ਲੀਡਰਸ਼ਿਪ ਤੇ ਵਾਰ-ਵਾਰ ਆ ਰਿਹਾ ਹੈ ਕਿ ਉਹ ਜਿਹੜੀ ਕਮੇਟੀ ਜਿੱਥੇ ਰਿਪੋਰਟ ਸੰਪੀ ਉਹਦੇ ਵਿੱਚ ਵੀ ਕਿ ਲੀਡਰਸ਼ਿਪ ਦੀ ਤਬਦੀਲੀ ਹੈ ਕਿ ਜੇ ਲੀਡਰਸ਼ਿਪ ਤਬਦੀਲੀ ਹੈ ਮੰਨ ਕੇ ਲੋਕ ਚੱਲਦੇ ਨੇ ਕਿ ਉਹ ਸੁਬੀਸ਼ਿੰਘ ਬਾਦਲ ਦਾ ਨਾਮ ਹੀ ਹੋ ਸਕਦਾ। ਚਲੋ ਮੈਂ ਉਹਦੇ ਅਸੀਂ ਜਿਹੜੀ ਰਿਪੋਰਟ ਹੈ ਉਹ ਨਾ ਅਸੀਂ ਅਜੇ ਜਨਤਕ ਕੀਤੀ ਹੈ। ਨਾ ਪਾਰਟੀ ਨਾਲ ਕੋਈ ਪ੍ਰੋਗਰਾਮਾਂ ਜਨਤ ਕਰਨ ਦਾ ਜਦੋਂ ਲੀਡਰਸ਼ਿਪ ਪਾਰਟੀ ਫੈਸਲਾ ਕਰੂਗੀ ਉਹ ਉਹਨੂੰ ਉਹਨੂੰ ਜਨਤ ਕਰੂਗੀ ਅਸੀਂ ਉਹਨੂੰ ਪੂਰਨ ਰੂਪ ਵਿੱਚ ਲੋਕਾਂ ਦੀਆਂ ਵਰਕਰਾਂ ਦੀ ਭਾਵਨਾ ਅਨੁਸਾਰ ਕੱਲੀ ਇਹ ਗੱਲ ਨਹੀਂ ਹਰ ਮਦ ਨੂੰ ਲੋਕਾਂ ਦੀ ਭਾਵਨਾ ਅਨੁਸਾਰ ਉਹਦੇ ਵਿੱਚ ਵਰਣਨ ਕੀਤਾ ਸੋ ਉਹ ਸਹੀ ਟਾਈਮ ਤੇ ਆਇਆ ਸਾਰਾ ਕੁਝ ਪਤਾ ਵੀ ਲੱਗ ਜੂਗਾ ਉਹ ਤੇ ਪਾਰਟੀ ਅਮਲ ਵੀ ਕਰਨ ਜਾ ਰਹੀ ਉਸ ਕਮੇਟੀ ਤੇ ਸਾਰੇ ਮੈਂਬਰਾਂ ਦੇ ਸਿਗਨੇਚਰ ਆ ਗਏ ਜੀ ਟੋਟਲ 13 ਮੈਂਬਰ ਸੀ 13 ਦੇ 13 ਦੇ ਉਹ ਤੇ ਦਸਕਤ ਨੇ ਕੱਲੇ-ਕੱਲੇ ਦੀ ਸਹਿਮਤੀ ਨਾਲ ਸਾਰੀ ਬੜੀ ਵਿਚਾਰ ਚਰਚਾ ਤੋਂ ਲੰਮੀਆਂ ਮੀਟੀਆਂ ਤੋਂ ਬਾਅਦ ਔਰ ਰਿਪੋਰਟ ਜਿਹੜੀ ਉਹ ਤਿਆਰ ਕੀਤੀ ਉਸਕਤ ਕਰਨ ਤੋਂ ਬਾਅਦ ਕਈ ਫਿਰ ਵੀ ਬੰਦੇ ਟਿੱਪਣੀਆਂ ਕਰ ਰਹੇ ਨੇ ਜਿ ਕਾਲੀਦਰ ਕੋਈ ਬਿਲਕੁਲ ਕਿਸੇ ਨੇ ਇਸ ਰਿਪੋਰਟ ਤੇ ਕਿਸੇ ਨੇ ਕੋਈ ਟਿੱਪਣੀ ਨਹੀਂ ਕੀਤੀ ਲੀਡਰਸ਼ਿਪ ਨੂੰ ਲੈ ਕੇ ਕਿ ਇਸ ਮਲਬੂ ਜੇ ਤਾਂ ਮਨ ਪੀਤੇ ਆਲੀ ਹੈ ਕਿ ਠੀਕ ਹੈ ਰਿਪੋਰਟ ਹੈ ਪਰ ਨਾਲ ਦੀ ਨਾ BJP ਨੂੰ ਬਿਨਾ ਮਤਲਬ ਤੋਂ ਸਮਰਥਨ ਦੇ ਦਿੱਤਾਗਾ ਉਹਨਾਂ ਦਾ ਆਪਦਾ ਨਜ਼ਰੀਆ ਉਹ ਉਹਨਾਂ ਨੇ ਆਪਦੀ ਆਪਦੇ ਢੰਗ ਨਾਲ ਆਪਣੀ ਗੱਲ ਕੀਤੀ ਹੈ ਪਰ ਪਾਰਟੀ ਨੇ ਤਾਂ ਉਹਨਾਂ ਨੂੰ ਕਿਸੇ ਗੱਲ ਤੇ ਕੋਈ ਉਹਨਾਂ ਦੇ ਖਿਲਾਫ ਨਾ ਕੋਈ ਗੱਲ ਨਾ ਕੋਈ ਕਾਰਵਾਈ ਕਿਸੇ ਕਿਸਮ ਦੀ ਕੋਈ ਗਲਤ ਹੋਈ ਨਹੀਂ ਸੋ ਉਹ ਅਜ ਵੀ ਪਾਰਟੀ ਦੇ ਨਾਲ ਨੇ ਜਦੋਂ ਬੋਲਦੇ ਨੇ ਤਾਂ ਉਹ ਕਹਿੰਦੇ ਨੇ ਮੈਂ ਅਕਾਲੀ ਦਲ ਦੇ ਨਾਲ ਆ ਕਲ ਦਲ ਦੇ ਲਈ ਪੂਰਾ ਉਹ ਆ ਤੇ ਕਦੇ ਉਹਨਾਂ ਨੇ ਕੋਈ ਅਸੀਂ ਪਾਰਟੀ ਤੋਂ ਬਾਗੀ ਬਣੇ ਵਾਲੀ ਗੱਲ ਕੀਤੀ ਨਹੀਂ ਵੋਟ ਨਹੀਂ ਪਾਈ ਚਲੋ ਉਹਨਾਂ ਦਾ ਆਪਣੀ ਮਰਜ਼ੀ ਚ ਬਹੁਤ ਸਾਰੇ ਸ਼ਰੋਮੀ ਅਕਾਲੀ ਦਲ ਦੇ ਲੀਡਰ ਨੇ ਕਈਆਂ ਨਾਲ ਗੱਲ ਹੁੰਦੀ ਕਈ ਅਕਾਲੀ ਦਲ ਦੇ ਨਾਲ ਹੈ ਕਈ ਸੁਬੀਰ ਸਿੰਘ ਬਾਦਲ ਦੇ ਨਾਲ ਤੁਸੀਂ ਕਿਸ ਦੇ ਨਾਲ ਜੀ ਨਹੀਂ ਸਾਰਾ ਜਿਹੜਾ ਜ਼ਿਆਦਾ ਅਕਾਲੀ ਦਲ ਆ ਉਹ ਪਾਰਟੀ ਪ੍ਰਧਾਨ ਔਰ ਜਿਹੋ ਪਾਰਟੀ ਦਾ ਪ੍ਰਧਾਨ ਹੁੰਦਾ ਉਹਦੇ ਨਾਲ ਹੀ ਹੁੰਦਾ ਪਾਰਟੀ ਪਾਰਟੀ ਸ਼ਰਮਣੀ ਅਕਾਲੀ ਦਲ ਸਭ ਦੀ ਪਾਰਟੀ ਆ ਉਹਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਨੇ ਸੋ ਪਾਰਟੀ ਦੇ ਨਾਮ ਵੀ ਨਾਲ ਆ ਉਹਨਾਂ ਦੇ ਵੀ ਨਾਲ ਆ ਜਿਹਨਾਂ ਉਹ ਪ੍ਰਧਾਨ ਨੇ ਜਦੋਂ ਲੱਗਦਾ ਕਿ ਅਕਾਲੀ ਦਲ ਨੇ ਜਿਹੜਾ ਨਵਾਂ ਸੁਜੈਸ਼ਨ ਸਲਾਹ ਦਿੱਤੇ ਕਿ 10 ਸਾਲ ਤੱਕ ਸਾਡਾ ਪ੍ਰਧਾਨ ਰਹੂਗਾ ਬਾਕੀ ਪਾਰਟੀਆਂ ਦੇ ਕਿੰਦੇ 2 ਸਾਲਾਂ ਦੇ ਕਿੰਦੇ 3 ਸਾਲ ਹੁੰਦਾ ਮਤਲਬ ਇੱਕ ਪਰਿਵਾਰ ਨੂੰ ਇੱਕ ਸੁਭੀ ਸੁਬਾਹ ਤੋਂ 10 ਸਾਲ ਫਿਰ ਕੋਈ ਹੋਰ ਹੋਵੇ 10 ਸਾਲ ਇਹ ਸਮਾਂ ਜ਼ਿਆਦਾ ਨਹੀਂ ਘਟ ਘਟ ਨਹੀਂ ਹੋਣਾ ਚਾਹੀਦਾ ਉਹ ਚੀਜ਼ਾਂ ਅਸੀਂ ਸਾਰੀਆਂ ਰਿਪੋਰਟ ਚ ਵਰਣਨ ਕੀਤੀਆਂ ਕੀ ਹੋਣਾ ਚਾਹੀਦਾ ਕਿਵੇਂ ਨਹੀਂ ਹੋਣਾ ਚਾਹੀਦਾ ਉਹਦੇ ਤੇ ਵੀ ਪਾਰਟੀ ਵਿਚਾਰ ਕਰਕੇ ਫੈਸਲਾ ਲਾਊਗੀ ਸੋ ਇਹ ਕੋਈ ਬਾਦਲ ਸਾਹਿਬ ਦੀ ਸਟੇਟਮੈਂਟ ਤਾਂ ਹੈ ਨਹੀਂ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਸੋ ਉਹ ਮੈਂ ਤਾਂ ਉਸ ਗੱਲ ਤੇ ਕੋਈ ਨਹੀਂ ਕਮੈਂਟ ਕਰਨਾ ਚਾਹੁੰਦਾ ਪਰ ਅਸੀਂ ਆਗਦੀ ਰਿਪੋਰਟ ਚ ਪਾਰਟੀ ਦੇ ਸੁਧਾਰਾਂ ਲਈ ਸਾਰੀਆਂ ਗੱਲਾਂ ਵਿਸਤਾਰਪੂਰਵਕ ਕੀਤੀਆਂ ਨੇ ਔਰ ਉਹਦੇ ਤੇ ਜਿਵੇਂ ਮناسب ਸਮਝਦੀ ਹੈ ਪਾਰਟੀ ਫੈਸਲਾ ਲਾਊਗੀ ਸੋ ਜੇਕਰ ਸਰਕਾਰ ਦੀ ਗੱਲ ਕੀਤੀ ਜਾਵੇ 5 ਮਹੀਨੇ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਤੁਹਾਡੇ ਜ਼ਿਲ੍ਹੇ ਤੋਂ ਮੁੱਖ ਮੰਤਰੀ ਨੇ ਕਿਵੇਂ ਸੰਗਰੂਰ ਨੂੰ ਕਿਵੇਂ ਦੇਖਦੇ ਤੁਸੀਂ ਤੇ ਪੰਜਾਬ ਨੂੰ ਕਿਵੇਂ ਦੇਖਦੇ ਆ ਸਰਕਾਰ ਦੇ ਮਤਲਕ ਅਗਰ ਗੱਲ ਕੀਤੀ ਜਾਵੇ ਤੇ ਦੇਖੋ ਗੱਲ ਇਹ ਆ ਜੀ ਇਹ ਜਿਹੜੀ ਪਾਰਟੀ ਹੈ ਇਹ ਨਾਂ ਪੰਜਾਬ ਪ੍ਰਸਤਾ ਨਾ ਇਸ ਪੰਜਾਬ ਪੰਜਾਬ ਦੇ ਸਮਾਜਿਕ ਸਰਕਾਰ ਨਾਲ ਧਾਰਮਿਕ ਸਰਕਾਰ ਨਾਲ ਤਾਂ ਕੋਈ ਸੰਬੰਧ ਇਹ ਟੋਟਲ ਡਰਾਮੇ ਨਾਲ ਸੋਸ਼ਲ ਮੀਡੀਆ ਤੇ ਸਾਨੂੰ ਇੱਕ ਵਰਗ ਅਮਰਾਹ ਕਰਕੇ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਨਵਿਆਰ ਸਤਾਰਾਂ ਚ ਝੂਠੀ ਸੌਖਾ ਕੇ ਗਮਰਾਹ ਕਰ ਲਿਆ ਇਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਸਾਨੂੰ ਗਲਤ ਕਿਸਮ ਦੀਆਂ ਰਹਿਤਾਂ ਹੋਰ ਕਿਸਮ ਦੇ ਸੁਪਨੇ ਦਿਖਾ ਕੇ ਗਮਰਾਹ ਕਰ ਲਿਆ ਤੁਸੀਂ ਕਿਸੇ ਦੀ ਕਾਰਗੁਜ਼ਾਰੀ ਉਦੋਂ ਪਤਾ ਲੱਗਦੀ ਹੈ ਜਦੋਂ ਹਕੂਮਤ ਆਉਂਦਾ ਤੁਸੀਂ ਪਹਿਲਾ ਫੈਸਲਾ ਇਹਨਾਂ ਦਾ ਇਹਨਾਂ ਨੇ ਸੱਤ ਰਾਜ ਸਭਾ ਮੈਂਬਰ ਬਣਾਏ ਸੱਤ ਰਾਜ ਸਭਾ ਮੈਂਬਰਾਂ ਚੋਂ ਪੰਜ ਰਾਜ ਸਭਾ ਮੈਂਬਰ ਹੋਣੇ ਜਿਹੜੀਆਂ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਟਿਕਟਾਂ ਨੇ ਜਿਹੜੀਆਂ ਉਹ ਵੇਚੀਆਂ ਗਈਆਂ ਔਰ ਉਹ ਇਸ ਦੇ ਨਾਲ ਨਾਲ ਉਹਨਾਂ 'ਚ ਕੋਈ ਵੀ ਬੰਦਾ ਐਸਾ ਨਹੀਂ ਜਿਹਨੂੰ ਪੰਜਾਬ ਦੀ ਬਾਰੇ ਨੌਲੇਜ ਹੋਵੇ ਇੱਥੋਂ ਤੱਕ ਕਿ ਪੰਜ ਸਭਾ ਮੈਂਬਰ ਐਸੇ ਨੇ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਲਿਖਣੀ ਨਹੀਂ ਆਉਂਦੀ ਸੋ ਪੰਜਾਬ ਦੀ ਨੁਮਾਇੰਦਗੀ ਕੀ ਹੋਊਗੀ ਪੰਜਾਬ ਦੇ ਮਸਲਿਆਂ ਨੂੰ ਉਹ ਕੀ ਸਮਝਣਗੇ ਕਿਵੇਂ ਸਾਡੇ ਉਸ ਫੋਰਮ ਤੇ ਜਾ ਕੇ ਗੱਲ ਕਰਨਗੇ ਕਿਧਰ ਨੂੰ ਲੈ ਕੇ ਜਾ ਰਹੇ ਆ ਅਸੀਂ ਪੰਜਾਬ ਨੂੰ ਫਿਰ ਦੂਸਰਾ ਦਿੱਲੀ ਗਵਰਨਮੈਂਟ ਨਾਲ ਇੱਕ ਨੌਲੇਜ ਸ਼ੇਅਰਿੰਗ ਐਗਰੀਮੈਂਟ ਸਾਈਨ ਕੀਤਾ ਕੀ ਲੋੜ ਹੈ ਪੰਜਾਬ ਦੀ ਕਿ ਪੰਜਾਬ ਦੀ ਹਰ ਚੀਜ਼ ਦਿੱਲੀ ਦੇ ਮੁੱਖ ਮੰਤਰੀ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਦਿੱਲੀ ਤੋਂ ਪੰਜਾਬ ਤੇ ਸਲਾਹ ਕਰ ਲੈ ਜਾਾਂ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾਈ ਜਾਵੇ ਇਹੀ ਤਾਂ ਪੰਜਾਬ ਦੀ ਲੜਾਈ ਰਹੀ ਹੈ ਸ਼ੁਰੂ ਤੋਂ ਕਿ ਪੰਜਾਬ ਦੀ ਜਿਹੜੀ ਆਵਾਜ਼ ਹੈ ਪੰਜਾਬ ਦੀ ਜਿਹੜੀ ਤਹਿਜ਼ੀਬ ਹੈ ਉਹਨੂੰ ਛੇੜਛਾੜ ਨਾ ਕੀਤੀ ਜਾਵੇ ਉਹਨੂੰ ਪੰਜਾਬ ਦੇ ਹੱਥਾਂ 'ਚ ਹੀ ਰਹਿਣਾ ਚਾਹੀਦਾ ਪੰਜਾਬ ਦੇ ਲੋਕ ਆਪਦੇ ਲੀਡਰ ਚੁਣਨ ਆਪਦੇ ਟੰਗ ਨਾਲ ਸਰਕਾਰ ਚੜਾਉਣ ਲੋਕਾਂ ਦੀਆਂ ਭਾਵਨਾਵਾਂ ਤੇ ਉਹ ਪੂਰੀ ਉਤਰੇ ਸੋ ਸਿਸ ਤੋਂ ਸਰਕਾਰ ਕਿਸੇ ਪਾਸੇ ਦੂਰ ਜਾ ਰਹੀ ਹੈ ਕਿਉਂਕਿ ਸਾਨੂੰ ਸਮਾਂ ਤੋਂ ਦੇ ਪੰਜ ਮਹੀਨੇ ਅਸੀਂ ਜਿਹੜੇ ਪਿਛਲਿਆਂ ਨੇ ਗੁੰਝਲਾਂ ਪਾਈਆਂ ਜਾਂ ਗੰਦ ਪਾਇਆ ਉਸ ਟਾਈਮ ਲਾਦਾ ਸਫਾਈ ਕਰਨ ਨੂੰ ਜੀ ਸੱਜ ਤੋਂ ਪੰਜ ਮਹੀਨੇ ਕੁਝ ਵੀ ਨਹੀਂ ਅਗੇ ਅਸੀਂ ਤਾਂ ਕਹਿੰਦੇ ਕਰਨਾ ਸੀ ਕਿਹੜਾ ਕਹਿੰਦੇ ਵੀ ਨਾ ਸਫਾਈ ਕਰਨ ਤੁਸੀਂ ਪੰਜਾਂ ਮਹੀਨਿਆਂ ਬਾਰੇ ਪੁੱਛਿਆ ਮੈਂ ਤੁਹਾਨੂੰ ਪੰਜਾਂ ਮਹੀਨਿਆਂ ਦੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ ਜੇ ਅੱਗੇ ਕੋਈ ਚੰਗੀ ਗੱਲ ਕਰਨੀ ਕਿ ਤਾਂ ਲੋਕ ਛਲਾਗਾ ਕਰਨਗੇ ਜਿਹੜਾ ਮਾੜਾ ਕਰਿਆ ਉਹਦਾ ਜ਼ਿਕਰ ਕੀਤਾ ਤੁਹਾਡੇ ਕੋਲ ਉਮੀਦ ਹੈ ਤੁਹਾਨੂੰ ਜੀ ਚਲੋ ਉਮੀਦ ਜਦੋਂ ਲੋਕਾਂ ਨੇ ਲੋਕਾਂ ਨੂੰ ਉਮੀਦ ਰੱਖੀ ਆ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਉਹਨਾਂ ਨੂੰ ਬਨਮਾ ਸੀਟਾਂ ਦਿੱਤੀਆਂ ਨੇ ਉਹ ਸਾਡੀ ਉਮੀਦ ਕੁਝ ਹੋਵੇ ਨਾ ਹੋਵੇ ਪਰ ਲੋਕਾਂ ਦੀ ਉਮੀਦ ਤੇ ਉਹਨਾਂ ਨੂੰ ਖਰੇ ਉਤਰਨਾ ਚਾਹੀਦਾ ਅਸੀਂ ਕਿ ਕਾਲੀ ਦਲ ਆਖਰੀ ਸਵਾਲਾਚੋਂ ਤਬ ਤਾਂ ਲੱਗਦਾ ਕਿ ਕਾਲੀ ਦਲ ਦੁਬਾਰਾ ਮੋੜ ਸਿਰ ਜੀਤ ਹੋਣ ਦੀ ਉਮੀਦ ਹੈ ਜਾਂ ਚਾਂਸ ਨੇ ਜਿਸ ਤਰ੍ਹਾਂ ਲੋਕ ਕਹਿੰਦੇ ਅੱਜ ਵੀ ਕਹਿੰਦੇ ਕਿ ਕਾਲੀ ਦਲ ਆਊਟ ਹੋ ਗਿਆ ਦੀ ਸਿਆਸਤ ਚੋਂ ਤੇ ਨਾਲ ਦੇ ਲੋਕੀ ਕਹਿੰਦੇ ਕਿ ਕਾਲੀ ਦਲ ਖਤਮ ਨਹੀਂ ਹੋਣਾ ਚਾਹੀਦਾ ਰੀਜਨ ਪਾਰਟੀਆਂ ਖਤਮ ਨਹੀਂ ਹੋਣੀਆਂ ਚਾਹੀਦੀਆਂ ਬੜਾ ਜ਼ਰੂਰੀ ਆ ਦੇਸ਼ ਦੇ ਡੈਮੋਕਰੈਟਿਕ ਜਿਹੜਾ ਤਰੀਕਾ ਜਾਂ ਸਿਸਟਮ ਆ ਉਹਨੂੰ ਲੈ ਕੇ ਅਗਰ ਰੀਜਨਲ ਪਾਰਟੀਆਂ ਖਤਮ ਹੋਏ ਤੇ ਦੇਸ਼ ਦਾ ਵੀ ਨੁਕਸਾਨ ਆ ਦੇਖੋ ਜਿੰਨੀ ਸਟੇਟ ਦੀ ਰਹਿਨਮਾਈ ਰੀਜਨਲ ਪਾਰਟੀ ਕਰ ਸਕਦੀ ਆ ਨੈਸ਼ਨਲ ਪਾਰਟੀਆਂ ਆਪਦੀ ਥਾਂ ਸਹਿਮਾਨਜੋਗ ਨੇ ਉਹ ਉਹਨਾਂ ਦਾ ਵੀ ਵੱਡਾ ਰੋਲ ਆ ਦੇਸ਼ ਦੀ ਰਾਜਨੀਤੀ 'ਚ ਪਰ ਰੀਜਨਲ ਜਿਹੜੀ ਪਾਰਟੀ ਹੁੰਦੀ ਆ ਉਹ ਸਿਰਫ ਰੀਜਨਲ ਮੰਗਾਂ ਤੇ ਰੀਜਨਲ ਦੁੱਖਾਂ ਤਕਲੀਫਾਂ ਤੇ ਉਹਨਾਂ ਦੇ ਹੱਕਾਂ ਹੱਕਾਂ ਤੇ ਕੇਂਦਰਿਤ ਹੁੰਦੀ ਆ ਜੀ ਸੋ ਉਹ ਜੀ ਸਾ ਜਿਹੜੀ ਉਹ origignal ਪਾਰਟੀ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਆ ਦੇਸ਼ ਚ ਖਾਸ ਤੌਰ ਤੇ ਕਾਲੀ ਦਲ ਦਾ ਇੱਕ ਵੱਖਰਾ ਰੋਲ ਹੈ। ਅਕਾਲੀ ਦਲ ਇੱਕ origignal ਪਾਰਟੀ ਵੀ ਹੈ, ਪੰਜਾਬ ਪ੍ਰਸਤ ਪਾਰਟੀ ਵੀ ਹੈ ਔਰ ਉਸ ਦੇ ਨਾਲ ਨਾਲ ਪੰਥ ਦੀ ਨਮੈਂਦਾ ਜਮਾਤ ਵੀ ਹੈ। ਸਿੱਖ ਕੌਮ ਇੱਕ ਘਟ ਗਣਤੀ ਹੈ, ਉਹਦੀਆਂ ਹੱਕੀ ਮੰਗਾਂ ਨੇ ਜਿਹੜੀਆਂ ਉਹਦੀ ਕਿਸੇ ਨੇ ਗੱਲ ਨਹੀਂ ਕਰਨੀ ਕਦੇ ਸੁਣਿਆ ਤੁਸੀਂ ਝਾੜੂ ਵਾਲਾ ਕੋਈ ਕਿਸੇ ਸਾਡੇ ਸਿੱਖ ਮਸਲੇ ਦੀ ਗੱਲ ਕਰਦਾ? ਸਾਡਾ ਬੰਦੀ ਸਿੰਘਾਂ ਦਾ ਮਸਲਾ ਕਿਸੇ ਨੇ ਕੋਈ ਹੋਰ ਪਾਰਟੀ ਸ਼ਰਿਆਮ ਕਹਿ ਸਕਦੀ ਹੈ ਕਿ ਉਹਨਾਂ ਨੂੰ ਰੱਖਿਆ ਕਰੋ ਦੱਸੋ ਕੋਈ ਕਹਿੰਦੀ ਹੈ ਤਾਂ ਤੁਸੀਂ ਦੱਸ ਦੋ ਸੋ ਜੇ ਉਹ ਚੀਜ਼ਾਂ ਤਾਂ ਹੀ ਹੋਣਗੀਆਂ ਜੇ ਤੁਹਾਡੀ ਰਾਜਨੀਤਿਕ ਪਾਰਟੀ ਹੈ ਜਿਹੜੀ ਉਹ ਮਜ਼ਬੂਤ ਹੋਊਗੀ ਉਹਦਾ ਬੋਲਬਾਲਾ ਹੋਊਗਾ ਉਹਦੀ ਪਛਾਣ ਹੋਊਗੀ ਉਹਦੇ ਚੁਣੇ ਹੋਏ ਨਮਾਇंदे ਹੋਣਗੇ ਉਹਨਾਂ ਦੀ ਗੱਲ ਤਾਂ ਹੀ ਸੁਣੀ ਜਾਊਗੀ ਸੋ ਇਸ ਕਰਕੇ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ ਵਿੱਚ ਮਜ਼ਬੂਤ ਰਹਿਣਾ ਇਹ ਪੰਜਾਬ ਦੇ ਭਲੇ ਲਈ ਹੈ ਪੰਜਾਬ ਦੇ ਹਿੱਤ ਚ ਔਰ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਰਲ ਮਿਲ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਯੋਗਦਾਨ ਪਾਉਣਾ ਚਾਹੀਦਾ ਠੀਕ ਹੈ ਜਿੱਥੇ ਕਿਤੇ ਸਾਤੋਂ ਕਮੀਆਂ ਰਹੀਆਂ ਕੋਈ ਗਲਤੀਆਂ ਹੋਈਆਂ ਸੀ ਉਹਨਾਂ ਨੂੰ ਵੀ ਸੁਧਾਰਾਂਗੇ ਪਰ ਕੁੱਲ ਮਿਲਾ ਕੇ ਅਕਾਲੀ ਦਲ ਹੀ ਹੈ ਜਿਹੜਾ ਪੰਜਾਬ ਦੀ ਸਹੀ ਦਿਸ਼ਾ ਦੇ ਸਕਦਾ ਪੰਜਾਬ ਦੀ ਲੜਾਈ ਲੜ ਸਕਦਾ ਔਰ ਪੰਜਾਬ ਨੂੰ ਉਹਦਾ ਹੱਕ ਇਨਸਾਫ ਹੈ ਜਿਹੜਾ ਉਹ ਲੈ ਕੇ ਦੇ ਸਕਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਜੀ ਮਿਹਰਬਾਨੀ ਉਹ ਜਿੱਥੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਮਸਲਾ ਦੇਖੋ ਪਾਰਟੀ ਵੱਡੀ ਹੈ ਲੇਕਿਨ ਹੁਣ ਲਗਾਤਾਰ ਕਿਉਂਕਿ ਸੱਤਾ ਤੋਂ ਬਾਹਰ ਬੈਠੀ ਹੈ ਤੇ ਵਾਰ-ਵਾਰ ਪੰਜਾਬ ਦੇ ਲੋਕ ਵੀ ਤੇ ਵਰਕਰ ਵੀ ਨਿਸ਼ਾਨਾ ਸੁਭੀ ਸਿੰਘ ਬਾਦਲ ਤੇ ਲਗਾ ਰਹੇ ਨੇ ਪਰ ਜਿੱਥੋਂ ਤੱਕ ਇਕਬਾਲ ਸਿੰਘ ਝੁੰਡਾ ਉਹਨਾਂ ਦਾ ਸਵਾਲ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਗੱਲ ਸਿਰਫ ਸੰਗਰੂਰ ਨੂੰ ਲੈ ਕੇ ਕੀਤੀ ਸੀ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਦੀ 10 ਸਾਲ ਸਰਕਾਰ ਹੈ ਤੇ ਉਹਨਾਂ ਨੂੰ ਵਾਗਡੋਰ ਦਿੱਤੀ ਗਈ ਜਿਨ੍ਹਾਂ ਨੇ ਬਹੁਤ ਹੀ ਇਦਾਂ ਦੇ ਲੋਕ ਸ਼ਾਮਲ ਕਰ ਲਏ ਜਿਸ ਨਾਲ ਉਹ ਕਾਲੀ ਦਲ ਦੀ ਜਿਹੜੀ ਸਿਆਸਤ ਦੀ ਰਾਜਧਾਨੀ ਬਦਨਾਮ ਹੋ ਗਈ ਜਿੱਥੇ ਵੱਡੇ ਵੱਡੇ ਲੀਡਰ ਪੈਦਾ ਹੋਏ ਇਸ਼ਾਰਾ ਢੀਂਟਸਾ ਪਰਿਵਾਰ ਵਾਲਾ ਦੇਖਦੇ ਆ ਕਿ ਆਉਣ ਵਾਲੇ ਸਮੇਂ ਚ ਕਾਲੀ ਦਲ ਮੋੜ ਸਰਜੀਤ ਕਿਵੇਂ ਹੁੰਦਾ ਕਿਸ ਤਰ੍ਹਾਂ ਦਾ ਤੇ ਕਿੰਨਾ ਮਜ਼ਬੂਤ ਹੁੰਦਾ ਪਰ ਇੱਕ ਗੱਲ ਸੱਚ ਆ ਕਿ ਦੇਸ਼ ਅੰਦਰ ਖੇਤਰੀ ਪਾਰਟੀਆਂ ਦਾ ਮਜ਼ਬੂਤ ਹੋਣਾ ਇਹ ਡੈਮੋਕਰੈਟਿਕ ਦੀ ਇੱਕ ਖੂਬਸੂਰਤੀ ਹਿੱਸਾ ਵੀ ਆ ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਪੁੱਲਰ ABC ਪੰਜਾਬ ਚੰਡੀਗੜ੍ਹ